ਕਾਂਡ 3 ਗੌਤਮ। ਸਵਾਥੀ ਸ਼ਹਿਰ ਵਿੱਚ ਬੱਚੇ ਬੱਚੇ ਨੂੰ ਮਹਾਤਮਾ ਬੁੱਧ ਦਾ ਪਤਾ ਸੀ। ਹਰ ਸਵਾਨੀ ਗੌਤਮ ਦੇ ਚੁੱਪ ਚਾਪ ਮੰਗਣ ਵਾਲੇ ਚੇਲਿਆਂ ਦੇ ਭਿੱਖਿਆ ਦੇ ਕਾਸੇ ਭਰਨ ਨੂੰ ਤਿਆਰ ਸੀ। ਸ਼ਹਿਰ ਦੇ ਲਾਗੇ ਗੌਤਮ ਦੀ ਮਨ ਭਾਉਂਦੀ ਰਹਿਣ ਦੀ ਥਾਂ ਜੇਤਾਵਨ ਰੁੱਖਾਂ ਦਾ ਝੁੰਡ ਸੀ, ਜੋ ਮਹਾਤਮਾ ਜੀ ਦੇ ਇੱਕ ਵੱਡੇ ਸ਼ਰਧਾਲੂ ਅਤੇ ਅਮੀਰ ਵਪਾਰੀ ਅਨਾਥ ਪਿੰਡਕਾ ਨੇ ਉਹਨਾਂ ਅਤੇ ਉਹਨਾਂ ਦੇ ਸ਼ਰਧਾਲੂਆਂ ਦੀ ਭੇਟ ਕਰ ਛੱਡਿਆ ਸੀ। ਇਹਨਾਂ ਦੋ ਨੌਜਵਾਨ ਸਾਧੂਆਂ ਨੂੰ ਪ੍ਰਚਲਿਤ ਦੰਦ ਕਥਾ ਅਤੇ ਪੁੱਛਗਿੱਛ ਕਰਨ 'ਤੇ ਦੱਸ ਪਈ ਸੀ ਜੋ ਗੌਤਮ ਬੁੱਧ ਇੱਧਰ ਰਹਿੰਦੇ ਹਨ। ਸਵਾਥੀ ਪੁੱਜਦਿਆਂ ਹੀ ਪਹਿਲੇ ਘਰ ਦੇ ਦਰ ਸਾਹਮਣੇ ਚੁੱਪ ਚਾਪ ਖੜ੍ਹੇ ਭਿੱਖਿਆ ਮੰਗਦੇ ਨੂੰ ਝੱਕਦੇ ਹੋਇਆਂ ਭੋਜਨ ਭੇਟ ਹੋ ਹੀ ਗਿਆ। ਉਹਨਾਂ ਭੋਜਨ ਅਤੇ ਸਿਧਾਰਥ ਨੇ ਭੋਜਨ ਕਰਾਉਣ ਵਾਲੀ ਇਸਤਰੀ ਨੂੰ ਪੁੱਛਿਆ, ਹੇ ਦੇਵੀ, ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਮਹਾਤਮਾ ਬੁੱਧ ਕਿੱਥੇ ਰਹਿੰਦੇ ਹਨ। ਅਸੀਂ ਦੋਨੋਂ ਜੰਗਲ ਤੋਂ ਆਏ ਸਮਾਨੇ ਪੂਰਨ ਪੁਰਖ ਦੇ ਦਰਸ਼ਨ ਕਰਨ ਅਤੇ ਉਹਨਾਂ ਦੇ ਮਖਾਰਬਿੰਦ ਤੋਂ ਬਚਣ ਸੁਣਨ ਆਏ ਹਾਂ। ਇਸਤਰੀ ਨੇ ਦੱਸਿਆ, ਹੇ ਜੰਗਲ ਤੋਂ ਆਏ ਸਮਾਨਿਓ, ਤੁਸੀਂ ਠੀਕ ਥਾਂ 'ਤੇ ਆ ਗਏ ਹੋ। ਮਹਾਤਮਾ ਜੀ ਨੇ ਅਨਾਥ ਪਿੰਡਕਾ ਦੇ ਬਾਗ ਜੇਤਾਵਨ ਵਿਖੇ ਡੇਰਾ ਲਾਇਆ ਹੋਇਆ ਹੈ। ਤੁਸੀਂ ਰਾਤ ਉੱਥੇ ਕੱਟ ਸਕਦੇ ਹੋ। ਉੱਥੇ ਸਭ ਲਈ ਜੋ ਉਹਨਾਂ ਦੇ ਮਖਾਰਬਿੰਦ ਤੋਂ ਬਚਣ ਸੁਣਨ ਲਈ ਪੁੱਜਦੇ ਹਨ ਅਤੇ ਇਕੱਠੇ ਹੁੰਦੇ ਹਨ, ਬਹੁਤ ਥਾਂ ਹੈ। ਫਿਰ ਗੋਬਿੰਦ ਨੇ ਮਗਨ ਹੋ ਕੇ ਖੁਸ਼ੀ ਨਾਲ ਕਿਹਾ, ਵਾਹ, ਫਿਰ ਅਸੀਂ ਆਪਣੇ ਟਿਕਾਣੇ ਪੁੱਜ ਗਏ ਹਾਂ, ਸਾਡਾ ਸਫ਼ਰ ਮੁੱਕ ਗਿਆ ਹੈ। ਪਰ ਹੇ ਮਾਤਾ, ਸਾਨੂੰ ਇਹ ਦੱਸੋ ਕਿ ਕੀ ਤੁਸੀਂ ਬੁੱਧ ਨੂੰ ਜਾਣਦੇ ਹੋ? ਕੀ ਤੁਸੀਂ ਉਹਨਾਂ ਦੇ ਦਰਸ਼ਨ ਕੀਤੇ ਹੋਏ ਹਨ? ਗੋਬਿੰਦ ਮੋਹਿਆ ਗਿਆ, ਸੁਣਦਾ ਗਿਆ। ਉਹ ਹੋਰ ਬਹੁਤ ਸਾਰੇ ਸਵਾਲ ਕਰਨੇ ਅਤੇ ਬਹੁਤ ਕੁਝ ਸੁਣਨਾ ਚਾਹੁੰਦਾ ਸੀ, ਪਰ ਸਿਧਾਰਥ ਨੇ ਉਸ ਨੂੰ ਚੇਤਾਵਨੀ ਕਰਾਈ ਕਿ ਜਾਣ ਦਾ ਵੇਲਾ ਹੋ ਗਿਆ ਹੈ। ਉਹਨਾਂ ਧੰਨਵਾਦ ਕੀਤਾ ਅਤੇ ਚੱਲਦੇ ਬਣੇ। ਰਸਤਾ ਪੁੱਛਣ ਦੀ ਖਾਸ ਲੋੜ ਨਹੀਂ ਸੀ, ਕਿਉਂਕਿ ਬਹੁਤ ਸਾਰੇ ਗੌਤਮ ਦੇ ਸ਼ਰਧਾਲੂ, ਯਾਤਰੂ ਅਤੇ ਭਿਕਸ਼ੂ ਜੇਤਾਵਨ ਜਾ ਰਹੇ ਸਨ। ਉਹਨਾਂ ਦੀਆਂ ਸਿਰ ਲੁਕਾਉਣ ਅਤੇ ਰਹਿਣ ਦੀ ਥਾਂ ਲਈ ਬੇਨਤੀ ਦੀਆਂ ਆਵਾਜ਼ਾਂ ਨੇ ਹਿਲਜੁਲ ਪੈਦਾ ਕਰ ਰੱਖੀ ਸੀ। ਦੋਨੋਂ ਸਮਾਨਿਆਂ ਨੇ ਜੰਗਲ ਵਿੱਚ ਛੇਤੀ ਅਤੇ ਸੌਖੇ ਠਹਿਰਨ ਲਈ ਥਾਂ ਲੱਭ ਲਈ ਅਤੇ ਸਵੇਰ ਹੁੰਦੇ ਤੱਕ ਉੱਥੇ ਟਿਕੇ ਰਹੇ। ਦਿਨ ਚੜ੍ਹਦੇ ਰਾਤ ਉੱਥੇ ਕੱਟਣ ਵਾਲੇ ਸ਼ਰਧਾਲੂਆਂ ਅਤੇ ਸ੍ਰੇਸ਼ਟ ਪੁਰਸ਼ਾਂ ਦੀ ਇਤਨੀ ਵਧੇਰੇ ਗਿਣਤੀ ਦੇਖ ਉਹ ਹੱਕੇ ਬੱਕੇ ਰਹਿ ਗਏ। ਭਿਕਸ਼ੂ ਪੀਲੇ ਚੋਗੇ ਪਾਈ ਸ਼ਾਨਦਾਰ ਰੁੱਖਾਂ ਦੇ ਝੁੰਡਾਂ ਦੇ ਸਾਰੇ ਰਸਤਿਆਂ 'ਤੇ ਘੁੰਮ ਰਹੇ ਸਨ। ਇੱਥੇ ਉੱਥੇ ਉਹ ਰੁੱਖਾਂ ਹੇਠ ਸਮਾਧੀ ਵਿੱਚ ਮਗਨ ਜਾਂ ਉਤਸ਼ਾਹ ਭਰੀਆਂ ਗੱਲਾਂ ਵਿੱਚ ਰੁੱਝੇ ਬੈਠੇ ਸਨ। ਉਹ ਸੰਘਣੀ ਛਾਂ ਵਾਲਾ ਬਾਗ ਵੀ ਇੱਕ ਸ਼ਹਿਰ ਲੱਗਦਾ ਸੀ। ਸ਼ਹਿਰ ਦੀਆਂ ਮੱਖੀਆਂ ਦੇ ਦਲਾਂ ਵਾਂਗ ਜਗਿਆਸੂਆਂ ਨਾਲ ਭਰਿਆ ਪਿਆ ਸੀ। ਬਹੁਤ ਭਿਕਸ਼ੂ ਆਪਣੇ ਭਿੱਖਿਆ ਦੇ ਕਾਸੇ ਲੈ ਕੇ ਦੁਪਹਿਰ ਦਾ ਭੋਜਨ ਪ੍ਰਾਪਤ ਕਰਨ ਲਈ ਜਾ ਚੁੱਕੇ ਸਨ। ਸਾਰੇ ਦਿਨ ਦਾ ਇਹੀ ਉਹਨਾਂ ਦਾ ਇੱਕ ਭੋਜਨ ਹੁੰਦਾ ਸੀ। ਬੁੱਧ ਆਪ ਵੀ ਸਵੇਰੇ ਭਿੱਖਿਆ ਮੰਗਣ ਬਾਹਰ ਨਿਕਲ ਤੁਰਿਆ। ਸਿਧਾਰਥ ਨੇ ਉਸ ਨੂੰ ਝੱਟ ਪਛਾਣ ਲਿਆ, ਜਿਵੇਂ ਕਿਸੇ ਦੇਵਤੇ ਨੇ ਉਸ ਵੱਲ ਇਸ਼ਾਰਾ ਕਰਕੇ ਦਿਖਾ ਦਿੱਤਾ ਹੁੰਦਾ ਹੈ। ਉਸ ਨੇ ਬੁੱਧ ਨੂੰ ਉਹ ਥਾਂ ਛੱਡਦੇ ਵੇਖਿਆ। ਉਹ ਸਾਦਾ, ਬੇਗਰੂਰ, ਪੀਲੀ ਕਫਨੀ ਪਹਿਰੀ ਭਿੱਖਿਆ ਦਾ ਕਾਸਾ ਫੜੀ ਜਾ ਰਿਹਾ ਸੀ। ਵੇਖੋ, ਸਿਧਾਰਥ ਨੇ ਧੀਮੇ ਜਿਹੇ ਗੋਬਿੰਦ ਨੂੰ ਕਿਹਾ, ਉਹ ਬੁੱਧ ਹੈ। ਗੋਬਿੰਦ ਨੇ ਪੀਲੀ ਕਫਨੀ ਵਾਲੇ ਭਿਕਸ਼ੂ ਨੂੰ ਬੜੇ ਧਿਆਨ ਨਾਲ ਤੱਕਿਆ, ਜਿਹੜਾ ਹੋਰ ਸੈਂਕੜੇ ਭਿਕਸ਼ੂਆਂ ਵਿੱਚੋਂ ਕਿਸੇ ਤਰ੍ਹਾਂ ਅੱਡਰਾ ਨਹੀਂ ਸੀ ਲੱਗਦਾ। ਪਰ ਤਾਂ ਵੀ ਗੋਬਿੰਦ ਨੇ ਝੱਟ ਉਸ ਦੀ ਪਛਾਣ ਕਰ ਲਈ। ਹਾਂ, ਇਹ ਉਹੀ ਸੀ, ਅਤੇ ਉਹ ਉਸਦੇ ਪਿੱਛੇ ਲੱਗ ਤੁਰੇ, ਉਸ ਨੂੰ ਦੇਖਦੇ ਰਹੇ। ਬੁੱਧ ਆਪਣੇ ਖਿਆਲਾਂ ਵਿੱਚ ਮਗਨ ਚੁੱਪ ਚਾਪ ਆਪਣੇ ਰਾਹ ਚੱਲਦਾ ਗਿਆ। ਉਸਦੇ ਸ਼ਾਂਤ ਚਿਹਰੇ 'ਤੇ ਨਾ ਖੁਸ਼ੀ ਸੀ ਅਤੇ ਨਾ ਅਫਸੋਸ। ਉਸਦੇ ਮਨ ਅੰਦਰ ਖੇੜਾ ਲੱਗਦਾ ਸੀ। ਬੱਚੇ ਵਾਂਗ ਮੁਸਕਰਾਹਟ ਭਰੀ, ਸ਼ਾਂਤ ਅਤੇ ਚੁੱਪ ਚਾਪ ਉਹ ਤੁਰਦਾ ਗਿਆ। ਉਹ ਚੋਗਾ ਪਾਈ ਬਿਲਕੁਲ ਦੂਸਰੇ ਭਿਕਸ਼ੂਆਂ ਵਾਂਗ ਤੁਰਿਆ ਜਾਂਦਾ ਸੀ, ਪਰ ਉਸਦਾ ਚਿਹਰਾ, ਉਸਦਾ ਕਦਮ, ਉਸਦੀ ਸ਼ਾਂਤ ਨੀਵੀਂ ਪਾਈ ਤੱਕਣੀ
ਉਸ ਦੇ ਸ਼ਾਂਤ ਲਮਕਦੇ ਹੱਥ ਅਤੇ ਹੱਥਾਂ ਦੀ ਹਰ ਉਂਗਲੀ ਸ਼ਾਂਤੀ ਪੁਕਾਰਦੀ ਸੀ। ਪੂਰਨਤਾ ਕਹਿੰਦੀ ਸੀ ਕੋਈ ਢੂੰਡ ਨਹੀਂ ਸੀ, ਕਿਸੇ ਗੱਲ ਦੀ ਨਕਲ ਨਹੀਂ ਸੀ। ਉਹ ਲਗਾਤਾਰ ਚੁੱਪ, ਨਾ ਘਟਣ ਵਾਲਾ ਪ੍ਰਕਾਸ਼ ਅਤੇ ਅਖੰਡ ਸ਼ਾਂਤੀ ਦਾ ਲਿਸ਼ਕਾਰਾ ਪਾ ਰਿਹਾ ਸੀ। ਇਸ ਤਰ੍ਹਾਂ ਗੌਤਮ ਭਿੱਖਿਆ ਲੈਣ ਸ਼ਹਿਰ ਵਿੱਚ ਪੁੱਜਾ। ਦੋਹਾਂ ਸਮਾਨਿਆਂ ਨੇ ਉਸਦੇ ਪੂਰਨ ਸ਼ਾਂਤ ਵਰਤਾਓ ਅਤੇ ਰੂਪ ਦੀ ਅਡੋਲਤਾ ਤੋਂ, ਜਿਸ ਵਿੱਚ ਕੋਈ ਢੂੰਡ, ਚਾਹ, ਖੋਟ, ਉਪਰਾਲਾ ਨਹੀਂ ਸੀ, ਕੇਵਲ ਸ਼ਾਂਤੀ ਸੀ, ਉਸਦੀ ਪਛਾਣ ਕੀਤੀ। ਅੱਜ ਇਹਨਾਂ ਦੇ ਮੁਖਾਰਬਿੰਦ ਤੋਂ ਅਸੀਂ ਉਪਦੇਸ਼ ਸੁਣਾਂਗੇ, ਗੋਬਿੰਦ ਨੇ ਕਿਹਾ। ਸਿਧਾਰਥ ਨੇ ਉੱਤਰ ਨਾ ਦਿੱਤਾ। ਉਸ ਨੂੰ ਉਪਦੇਸ਼ਾਂ ਦੀ ਬਹੁਤ ਉਤਸੁਕਤਾ ਨਹੀਂ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਉਹਨਾਂ ਨੂੰ ਕੋਈ ਹੋਰ ਨਵੀਂ ਸਿੱਖਿਆ ਨਹੀਂ ਦੇਵੇਗਾ। ਉਹ ਤੇ ਗੋਬਿੰਦ ਬੁੱਧ ਦੇ ਉਪਦੇਸ਼ਾਂ ਦਾ ਇੱਧਰੋਂ ਉੱਧਰੋਂ ਦੀਆਂ ਖਬਰਾਂ ਰਾਹੀਂ ਹੀ ਸਾਰ ਸੁਣ ਚੁੱਕੇ ਸਨ। ਪਰ ਉਸ ਬੜੇ ਧਿਆਨ ਨਾਲ ਗੌਤਮ ਦਾ ਸਿਰ, ਉਸਦੇ ਮੋਢੇ, ਉਸਦੇ ਪੈਰ, ਉਸਦੀ ਅਡੋਲਤਾ, ਲਮਕਦੇ ਹੱਥ ਵੇਖੇ ਤੇ ਉਸ ਨੂੰ ਇੰਜ ਪ੍ਰਤੀਤ ਹੁੰਦਾ ਸੀ ਕਿ ਉਸਦੇ ਹੱਥਾਂ ਦੀ ਹਰ ਉਂਗਲ ਦੇ ਹਰ ਜੋੜ ਵਿੱਚ ਗਿਆਨ ਹੈ। ਉਹ ਗੱਲਾਂ ਕਰਦਾ ਹੈ, ਸਾਹ ਲੈਂਦਾ ਹੈ ਤਾਂ ਸੱਚਾਈ ਦਾ ਪ੍ਰਕਾਸ਼ ਹੁੰਦਾ ਹੈ। ਸੱਚਮੁੱਚ ਇਹ ਪੁਰਸ਼, ਇਹ ਬੁੱਧ ਨਵਾਂ ਤੱਕ ਇੱਕ ਪਵਿੱਤਰ ਮਨੁੱਖ ਹੈ। ਅੱਜ ਤੱਕ ਸਿਧਾਰਥ ਨੇ ਕਦੇ ਕਿਸੇ ਪੁਰਸ਼ ਨੂੰ ਇਤਨਾ ਨਹੀਂ ਸੀ ਸਤਿਕਾਰਿਆ, ਕਿਸੇ ਪੁਰਸ਼ ਨੂੰ ਇਤਨਾ ਪਿਆਰ ਨਹੀਂ ਸੀ ਕੀਤਾ। ਦੋਨੋਂ ਬੁੱਧ ਦੇ ਪਿੱਛੇ ਸ਼ਹਿਰ ਵਿੱਚ ਗਏ ਅਤੇ ਚੁੱਪ ਚਾਪ ਮੁੜ ਆਏ। ਉਹ ਆਪ ਉਸ ਦਿਨ ਭੋਜਨ ਤੋਂ ਵਰਤ ਰੱਖਣਾ ਚਾਹੁੰਦੇ ਸਨ। ਉਹਨਾਂ ਗੌਤਮ ਨੂੰ ਵਾਪਸ ਪਰਤਦਿਆਂ ਵੇਖਿਆ, ਆਪਣੇ ਚੇਲਿਆਂ ਦੀ ਪੰਗਤ ਵਿੱਚ ਬੈਠਿਆਂ ਭੋਜਨ ਕਰਦੇ ਦੇਖਿਆ। ਜੋ ਕੁਝ ਉਸਨੇ ਖਾਧਾ ਉਹ ਇੱਕ ਪੰਛੀ ਨੂੰ ਵੀ ਸੰਤੁਸ਼ਟ ਨਹੀਂ ਸੀ ਕਰ ਸਕਦਾ। ਫਿਰ ਉਸਨੂੰ ਮੁੜ ਅੰਬਾਂ ਦੀ ਛਾਂ ਹੇਠ ਆਉਂਦੇ ਵੇਖਿਆ। ਸ਼ਾਮ ਨੂੰ ਜਦ ਗਰਮੀ ਘਟੀ ਤਾਂ ਸਾਰੇ ਤਿਆਰ ਹੋ ਇਕੱਠੇ ਹੋ ਗਏ। ਉਹਨਾਂ ਨੇ ਬੁੱਧ ਨੂੰ ਉਪਦੇਸ਼ ਦਿੰਦੇ ਸੁਣਿਆ। ਸਭ ਨੇ ਉਸਦੀ ਆਵਾਜ਼ ਸੁਣੀ ਅਤੇ ਇਹ ਵੀ ਪੂਰਨ, ਹੌਲੀ ਅਤੇ ਸ਼ਾਂਤੀ ਭਰਪੂਰ ਸੀ। ਗੌਤਮ ਨੇ ਦੁੱਖਾਂ ਬਾਰੇ ਗੱਲ ਕੀਤੀ, ਦੁੱਖਾਂ ਦਾ ਮੂਲ ਕਾਰਨ ਅਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਦੱਸਿਆ। ਜ਼ਿੰਦਗੀ ਪੀੜਾ ਹੈ, ਸੰਸਾਰ ਦੁੱਖਾਂ ਨਾਲ ਭਰਿਆ ਪਿਆ ਹੈ, ਪਰ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਲੱਭ ਚੁੱਕਾ ਹੈ। ਜਿਹੜੇ ਬੁੱਧ ਦੇ ਦੱਸੇ ਰਾਹ 'ਤੇ ਤੁਰਦੇ ਹਨ ਉਹਨਾਂ ਲਈ ਮੁਕਤੀ ਹੈ। ਮਹਾਨ ਪੁਰਸ਼ ਨਰਮ ਪਰ ਦ੍ਰਿੜ ਆਵਾਜ਼ ਵਿੱਚ ਬੋਲਿਆ, ਚਾਰ ਸ੍ਰੇਸ਼ਠ ਸੱਚਾਈਆਂ ਸਿਖਾਈਆਂ, ਅੱਠ ਉਪਦੇਸ਼ਾਂ ਵਾਲਾ ਅਸ਼ਟਾਂਗ ਮਾਰਗ ਦੱਸਿਆ। ਧੀਰਜ ਨਾਲ ਉਦਾਹਰਣਾਂ ਦੇ ਦੁਹਰਾ ਦੁਹਰਾ ਕੇ ਆਮ ਪੜਾਉਣ ਵਾਲੇ ਢੰਗ ਨਾਲ ਉਸਨੇ ਸਮਝਾਇਆ ਸੀ। ਸਾਰੇ ਸਰੋਤਿਆਂ ਤੱਕ ਆਰਾਮ ਨਾਲ ਆਕਾਸ਼ ਵਿੱਚ ਚਮਕਦੇ ਸਿਤਾਰਿਆਂ ਦੀ ਰੋਸ਼ਨੀ ਵਾਂਗ ਬਿਜਲੀ ਤਰ੍ਹਾਂ ਉਸਦੀ ਸਾਫ਼ ਆਵਾਜ਼ ਪੁੱਜਦੀ ਸੀ। ਜਦ ਬੁੱਧ ਨੇ ਭੋਗ ਪਾਇਆ ਅੱਗੇ ਹੀ ਰਾਤ ਪੈ ਚੁੱਕੀ ਸੀ। ਬਹੁਤ ਯਾਤਰੂ ਅੱਗੇ ਆਏ ਅਤੇ ਉਹਨਾਂ ਬੁੱਧ ਸੰਸਥਾ ਵਿੱਚ ਪ੍ਰਵਾਨ ਕੀਤੇ ਜਾਣ ਲਈ ਬੇਨਤੀ ਕੀਤੀ। ਬੁੱਧ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਅਤੇ ਕਿਹਾ, ਤੁਸੀਂ ਬੜੇ ਧਿਆਨ ਨਾਲ ਚੰਗੀ ਤਰ੍ਹਾਂ ਉਪਦੇਸ਼ ਸੁਣੇ ਹਨ, ਆਓ ਸਾਡੇ ਨਾਲ ਰਾਜਾਓ, ਦੁੱਖਾਂ ਦਾ ਖਾਤਮਾ ਕਰ ਦੇਵੋ ਅਤੇ ਆਨੰਦ ਮਾਣੋ। ਸ਼ਰਮੀਲਾ ਗੋਬਿੰਦ ਵੀ ਅੱਗੇ ਵਧਿਆ ਅਤੇ ਉਸਨੇ ਕਿਹਾ, ਮੈਂ ਵੀ ਮਹਾਤਮਾ ਜੀ ਅਤੇ ਉਹਨਾਂ ਦੇ ਉਪਦੇਸ਼ਾਂ ਦੀ ਓਟ ਚਾਹੁੰਦਾ ਹਾਂ। ਉਸ ਬੁੱਧ ਸ਼੍ਰੇਣੀ ਵਿੱਚ ਰਲਣ ਲਈ ਬੇਨਤੀ ਕੀਤੀ, ਜੋ ਪ੍ਰਵਾਨ ਕੀਤੀ ਗਈ। ਜਿਉਂ ਹੀ ਬੁੱਧ ਰਾਤ ਵਿਸਰਾਮ ਕਰਨ ਲਈ ਗਏ, ਗੋਬਿੰਦ ਸਿਧਾਰਥ ਵੱਲ ਮੁੜਿਆ ਅਤੇ ਬੜੀ ਚਾਹ ਨਾਲ ਕਿਹਾ, ਸਿਧਾਰਥ, ਮੇਰਾ ਕੋਈ ਭਾਵ ਤੈਨੂੰ ਬੁਰਾ ਭਲਾ ਕਹਿਣ ਦਾ ਨਹੀਂ। ਅਸੀਂ ਦੋਨੋਂ ਮਹਾਤਮਾ ਜੀ ਨੂੰ ਸੁਣਿਆ ਹੈ, ਅਸਾਂ ਦੋਨਾਂ ਉਸਦੇ ਉਪਦੇਸ਼ ਸੁਣੇ ਹਨ। ਗੋਬਿੰਦ ਨੇ ਉਪਦੇਸ਼ ਸੁਣ ਉਹਨਾਂ ਨੂੰ ਪ੍ਰਵਾਨ ਕਰ ਲਿਆ ਹੈ, ਪਰ ਤੂੰ ਮੇਰੇ ਪਿਆਰੇ ਮਿੱਤਰ ਇਸ ਨਿਰਵਾਣ ਦੇ ਪੰਥ 'ਤੇ ਨਹੀਂ ਤੁਰੇਂਗਾ, ਤੂੰ ਦੇਰ ਕਰੇਂਗਾ। ਕੀ ਤੂੰ ਅਜੇ ਵੀ ਉਡੀਕ ਕਰੇਂਗਾ? ਜਦ ਉਸ ਗੋਬਿੰਦ ਦੇ ਸ਼ਬਦ ਸੁਣੇ ਤਾਂ ਸਿਧਾਰਥ ਤ੍ਰਭਕਿਆ, ਜਿਵੇਂ ਨੀਂਦ ਵਿੱਚੋਂ ਜਾਗ ਰਿਹਾ ਹੁੰਦਾ ਹੈ।
ਉਹ ਕਾਫੀ ਸਮਾਂ ਗੋਬਿੰਦ ਦੇ ਮੂੰਹ ਵੱਲ ਵੇਖਦਾ ਰਿਹਾ। ਫਿਰ ਉਸ ਧੀਰੇ ਜੇ ਕਹਿਆ ਤੇ ਉਸਦੀ ਆਵਾਜ਼ ਮਸਖਰੀ ਰਹਿ ਸੀ, ਮੇਰੇ ਮਿੱਤਰ ਗੋਬਿੰਦ, ਤੂੰ ਕਦਮ ਪੁੱਟ ਚੁੱਕਾ ਹੈ, ਤੂੰ ਆਪਣਾ ਰਾਹ ਚੁਣ ਲਿਆ ਹੈ, ਤੂੰ ਹਮੇਸ਼ਾ ਮੇਰਾ ਮਿੱਤਰ ਰਿਹਾ ਹੈ। ਗੋਬਿੰਦ, ਤੂੰ ਹਮੇਸ਼ਾ ਇੱਕ ਕਦਮ ਮੇਰੇ ਪਿੱਛੇ ਰਿਹਾ ਹੈ। ਮੈਂ ਅਕਸਰ ਸੋਚਦਾ ਸਾਂ ਕਿ ਗੋਬਿੰਦ ਕਦੇ ਮੇਰੇ ਬਿਨਾਂ ਆਪਣੇ ਵਿਸ਼ਵਾਸ ਅਨੁਸਾਰ ਕਦਮ ਚੁੱਕੇਗਾ। ਸੁਣ, ਤੂੰ ਪੂਰਨ ਪੁਰਸ਼ ਹੈ, ਤੂੰ ਆਪਣਾ ਰਾਹ ਚੁਣ ਲਿਆ ਹੈ। ਮੇਰੇ ਦੋਸਤ, ਤੂੰ ਅੰਤ ਤੱਕ ਇਸ 'ਤੇ ਤੁਰਦਾ ਰਹੇ, ਰੱਬ ਕਰੇ ਤੈਨੂੰ ਮੁਕਤੀ ਪ੍ਰਾਪਤ ਹੋਵੇ। ਉਸ ਸਮੇਂ ਗੋਬਿੰਦ ਸਮਝਿਆ ਕਿ ਉਸਦਾ ਮਿੱਤਰ ਉਸਨੂੰ ਛੱਡ ਰਿਹਾ ਹੈ ਅਤੇ ਉਹ ਰੋਣ ਲੱਗ ਪਿਆ। ਸਿਧਾਰਥ, ਉਸਨੇ ਡੁਸਕਦਿਆਂ ਪੁਕਾਰਿਆ। ਸਿਧਾਰਥ ਨੇ ਪਿਆਰ ਨਾਲ ਉਸਨੂੰ ਕਿਹਾ, ਗੋਬਿੰਦ ਭੁੱਲੋ ਨਹੀਂ, ਤੂੰ ਹੁਣ ਬੁੱਧ ਦੀ ਪਵਿੱਤਰ ਸ਼੍ਰੇਣੀ ਵਿੱਚ ਹੈ। ਤੂੰ ਘਰ ਬਾਰ, ਮਾਪੇ, ਮੂਲ ਮੁੱਢ, ਮਲਕੀਅਤ, ਆਪਣੀ ਮਨ ਮਰਜ਼ੀ, ਮਿੱਤਰਤਾ ਸਭ ਕੁਝ ਤਿਆਗ ਦਿੱਤਾ ਹੈ। ਉਹੀ ਕੁਝ ਉਪਦੇਸ਼ ਦੱਸਦੇ ਹਨ, ਇਹੀ ਮਹਾਨ ਆਤਮਾ ਦੀ ਚਾਹ ਹੈ। ਇਹ ਉਹੀ ਹੈ ਜੋ ਕੁਝ ਤੂੰ ਆਪ ਚਾਹੁੰਦਾ ਸੀ। ਕੱਲ੍ਹ ਗੋਬਿੰਦ ਮੈਂ ਤੈਨੂੰ ਛੱਡ ਕੇ ਚਲਾ ਜਾਵਾਂਗਾ। ਲੰਮੇ ਸਮੇਂ ਲਈ ਮਿੱਤਰ ਜੰਗਲ ਵਿੱਚ ਘੁੰਮਦੇ ਰਹੇ। ਕਾਫੀ ਸਮੇਂ ਲਈ ਉਹ ਲੇਟੇ ਰਹੇ ਪਰ ਸੌਂ ਨਾ ਸਕੇ। ਗੋਬਿੰਦ ਵਾਰ ਵਾਰ ਆਪਣੇ ਮਿੱਤਰ ਨੂੰ ਜ਼ੋਰ ਲਾ ਲਾ ਕੇ ਪੁੱਛਦਾ ਸੀ ਕਿ ਉਹ ਕਿਉਂ ਬੁੱਧ ਦੇ ਉਪਦੇਸ਼ਾਂ ਦੇ ਮਗਰ ਨਹੀਂ ਲੱਗੇਗਾ, ਉਸਨੇ ਉਹਨਾਂ ਵਿੱਚ ਕੀ ਘਾਟਾ ਵੇਖਿਆ ਸੀ। ਪਰ ਹਰ ਵੇਰ ਸਿਧਾਰਥ ਗੱਲ ਪਲਟਾ ਦਿੰਦਾ, ਗੋਬਿੰਦ ਸ਼ਾਂਤ ਰਹੋ, ਮਹਾਤਮਾ ਪੁਰਸ਼ ਦੀਆਂ ਸਿੱਖਿਆਵਾਂ ਬਹੁਤ ਚੰਗੀਆਂ ਹਨ, ਮੈਂ ਉਹਨਾਂ ਵਿੱਚ ਕੋਈ ਘਾਟਾ ਕਿਸ ਤਰ੍ਹਾਂ ਲੱਭ ਸਕਦਾ ਹਾਂ। ਸਵੇਰੇ ਸਾਰ ਪੁਰਾਣੇ ਭਿਕਸ਼ੂਆਂ ਵਿੱਚੋਂ ਬੁੱਧ ਦਾ ਇੱਕ ਚੇਲਾ ਬਾਗ ਵਿੱਚ ਗਿਆ ਅਤੇ ਉਹਨਾਂ ਸਾਰੇ ਨਵੇਂ ਸੱਜਣਾਂ ਜਿਨ੍ਹਾਂ ਬੁੱਧ ਧਰਮ ਵਿੱਚ ਪ੍ਰਵੇਸ਼ ਹੋਣ ਦੀ ਸਹੁੰ ਚੁੱਕੀ ਸੀ ਨੂੰ ਇਕੱਠੇ ਕੀਤਾ ਤਾਂ ਕਿ ਉਹਨਾਂ ਨੂੰ ਪੀਲੇ ਚੋਗੇ ਪਵਾਏ ਜਾਣ ਅਤੇ ਉਹਨਾਂ ਨੂੰ ਆਪਣੀ ਸ਼੍ਰੇਣੀ ਦੀ ਪਹਿਲੀ ਸਿੱਖਿਆ ਅਤੇ ਫਰਜ਼ ਦੱਸੇ ਜਾਣ। ਇਸ 'ਤੇ ਗੋਬਿੰਦ ਨੇ ਆਪਣੇ ਆਪ ਨੂੰ ਵੱਖਰਾ ਕੀਤਾ, ਜਵਾਨੀ ਸਮੇਂ ਦੇ ਮਿੱਤਰ ਨੂੰ ਘੁੱਟ ਕੇ ਜੱਫੀ ਪਾ ਮਿਲਿਆ ਅਤੇ ਭਿਕਸ਼ੂ ਦਾ ਚੋਗਾ ਪਹਿਨ ਲਿਆ। ਸਿਧਾਰਥ ਗੂੜੀਆਂ ਸੋਚਾਂ ਵਿੱਚ ਪਿਆ ਵਣ ਵਿੱਚ ਪਾਉਂਦਾ ਰਿਹਾ। ਉੱਥੇ ਉਹ ਮਹਾਨ ਪੁਰਸ਼ ਗੌਤਮ ਨੂੰ ਮਿਲ ਪਿਆ, ਬੜੇ ਸਤਿਕਾਰ ਅਤੇ ਆਦਰ ਨਾਲ ਮਿਲਿਆ। ਬੁੱਧ ਦਾ ਚਿਹਰਾ ਚੰਗਿਆਈ ਅਤੇ ਸ਼ਾਂਤੀ ਨਾਲ ਭਰਪੂਰ ਦੇਖ ਨੌਜਵਾਨ ਨੇ ਹਿੰਮਤ ਕੀਤੀ ਅਤੇ ਮਹਾਤਮਾ ਜੀ ਨਾਲ ਗੱਲਬਾਤ ਕਰਨ ਦੀ ਉਹਨਾਂ ਤੋਂ ਆਗਿਆ ਮੰਗੀ। ਚੁੱਪਚਾਪ ਮਹਾਤਮਾ ਜੀ ਨੇ ਸਿਰ ਹਿਲਾ ਆਗਿਆ ਬਖਸ਼ੀ। ਸਿਧਾਰਥ ਨੇ ਕਿਹਾ, ਮਹਾਰਾਜ, ਕੱਲ੍ਹ ਮੈਨੂੰ ਆਪ ਜੀ ਦੇ ਅਦਭੁਤ ਉਪਦੇਸ਼ ਸੁਣਨ ਦੀ ਖੁਸ਼ੀ ਅਤੇ ਮਾਣ ਪ੍ਰਾਪਤ ਹੋਇਆ ਸੀ। ਮੈਂ ਆਪਣੇ ਮਿੱਤਰ ਨਾਲ ਬੜੀ ਦੂਰੋਂ ਆਪ ਜੀ ਨੂੰ ਸੁਣਨ ਆਇਆ ਸੀ। ਹੁਣ ਮੇਰਾ ਮਿੱਤਰ ਆਪ ਜੀ ਕੋਲ ਹੀ ਰਹੇਗਾ, ਉਸਨੇ ਆਪ ਜੀ ਦੀ ਓਟ ਲੈ ਲਈ ਹੈ। ਮੈਂ ਆਪਣੀ ਯਾਤਰਾ ਮੁੜ ਨਵੇਂ ਸਿਰਿਓਂ ਜਾਰੀ ਰੱਖ ਰਿਹਾ ਹਾਂ, ਜਿਵੇਂ ਤੁਹਾਡਾ ਜੀ, ਮਹਾਤਮਾ ਜੀ ਨੇ ਸੁਸ਼ੀਲਤਾ ਸਹਿਤ ਕਿਹਾ। ਮੇਰੀ ਗੱਲ ਸ਼ਾਇਦ ਰੁੱਖੀ ਜਿਹੀ ਹੈ, ਸਿਧਾਰਥ ਕਹਿੰਦਾ ਗਿਆ, ਪਰ ਮੈਂ ਮਹਾਤਮਾ ਜੀ ਤੱਕ ਆਪਣੇ ਖਿਆਲ ਪਹੁੰਚਾਏ ਬਿਨਾਂ ਜਾਣਾ ਨਹੀਂ ਸੀ ਚਾਹੁੰਦਾ। ਕੀ ਕਿਰਪਾ ਕਰਕੇ ਮਹਾਰਾਜ ਮੈਨੂੰ ਥੋੜ੍ਹਾ ਜਿਹਾ ਹੋਰ ਸੁਣਨਗੇ? ਚੁੱਪਚਾਪ ਬੁੱਧ ਨੇ ਸਿਰ ਹਿਲਾ ਕੇ ਮਨਜ਼ੂਰੀ ਦੇ ਦਿੱਤੀ। ਸਿਧਾਰਥ ਕਹਿਆ, ਮਹਾਰਾਜ, ਸਭ ਤੋਂ ਵੱਧ ਇੱਕ ਗੱਲ ਲਈ ਮੈਂ ਆਪ ਜੀ ਦੇ ਉਪਦੇਸ਼ਾਂ ਦੀ ਉਤਸੁਕ ਕਰਦਾ ਹਾਂ ਕਿ ਹਰ ਇੱਕ ਗੱਲ ਪੂਰੀ ਸਪਸ਼ਟ ਅਤੇ ਸਾਬਤ ਹੋ ਚੁੱਕੀ ਹੈ। ਆਪ ਜੀ ਸੰਸਾਰ ਨੂੰ ਇੱਕ ਸੰਪੂਰਨ ਅਣਟੁੱਟੀ ਜੰਜੀਰ, ਅਟੱਲ ਮਾਲਾ, ਜੋ ਕਾਰਨ ਅਤੇ ਫਲ ਨਾਲ ਸੰਬੰਧਿਤ ਹੈ, ਦਰਸਾਉਂਦੇ ਹੋ। ਇਤਨਾ ਸਪਸ਼ਟ ਅਤੇ ਸਾਫ਼ ਕਦੇ ਕਿਸੇ ਨਹੀਂ ਦੱਸਿਆ, ਨਾ ਹੀ ਕਦੇ ਕਿਸੇ ਨੇ ਇਸ ਤਰ੍ਹਾਂ ਪ੍ਰਮਾਣ ਦੇ ਕੇ ਤਰਦੀਦ ਨਾ ਹੋ ਸਕਣ ਦੇ ਢੰਗ ਨਾਲ ਸਮਝਾਇਆ ਹੈ। ਨਿਸ਼ਚੇ ਹਰ ਬ੍ਰਾਹਮਣ ਦਾ ਦਿਲ ਜ਼ਰੂਰ ਵਧੇਰੇ ਧੜਕੇਗਾ ਜਦ ਆਪ ਜੀ ਦੇ ਉਪਦੇਸ਼ਾਂ ਰਾਹੀਂ
ਉਹ ਸੰਸਾਰ 'ਤੇ ਝਾਤ ਪਾ ਕੇ ਇਸ ਨੂੰ ਸੰਯੋਗਾਂ 'ਤੇ ਦੇਵਤਿਆਂ ਦੀ ਅਧੀਨਗੀ ਬਿਨਾਂ ਪੂਰਨ ਤੌਰ 'ਤੇ ਸੰਗਠਨ ਜੁੜਿਆ ਹੋਇਆ ਬਿਨਾਂ ਕਿਸੇ ਤਰੁੱਟੀ ਦੇ ਪੂਰਾ ਨਿਰਮਲ ਦੇਖੇਗਾ। ਭਾਵੇਂ ਚੰਗੀ ਹੈ ਜਾਂ ਮਾੜੀ, ਭਾਵੇਂ ਜ਼ਿੰਦਗੀ ਆਪਣੇ ਆਪ ਵਿੱਚ ਪੀੜਾ ਹੈ ਜਾਂ ਪ੍ਰਸੰਨਤਾ, ਭਾਵੇਂ ਇਹ ਮਿੱਥਿਆ ਹੈ, ਸ਼ਾਇਦ ਇਹ ਵੱਡੀ ਭਾਰੀ ਗੱਲ ਵੀ ਨਹੀਂ, ਪਰ ਸੰਸਾਰ ਦੀ ਏਕਤਾ, ਸਾਰੀਆਂ ਘਟਨਾਵਾਂ ਦਾ ਸੰਗਠਨ ਜੋੜ, ਇੱਕੋ ਨਦੀ 'ਚੋਂ, ਕਾਰਨ ਦੇ ਇੱਕੋ ਕਾਨੂੰਨ 'ਚੋਂ, ਜਨਮ ਮਰਨ 'ਚੋਂ, ਵੱਡੇ ਅਤੇ ਛੋਟੇ ਨੂੰ ਜੱਫੀ ਵਿੱਚ ਲੈਣਾ ਆਪ ਜੀ ਦੇ ਉੱਚ ਉਪਦੇਸ਼ਾਂ ਤੋਂ ਸਾਫ਼ ਚਮਕਦੇ ਹਨ। ਹੇ ਪੂਰਨ ਪੁਰਖ, ਪਰ ਆਪ ਜੀ ਦੇ ਕਥਨ ਅਨੁਸਾਰ ਇਹ ਏਕਤਾ ਅਤੇ ਨਿਆਂ ਸ਼ਾਸਤਰ ਅਨੁਸਾਰ ਸਾਰੀਆਂ ਚੀਜ਼ਾਂ ਦਾ ਸਿਧਾਂਤ ਇੱਕ ਥਾਂ ਤੋਂ ਟੁੱਟਿਆ ਹੋਇਆ ਜਾਪਦਾ ਹੈ। ਇੱਕ ਨਿੱਕੀ ਜਿਹੀ ਤਰੇੜ ਥਾਣੀ ਸੰਸਾਰ ਦੀ ਏਕਤਾ ਕੁਝ ਅਜੀਬ, ਕੁਝ ਨਵੀਨ, ਕੁਝ ਜੋ ਪਹਿਲੇ ਨਹੀਂ ਅਤੇ ਨਾ ਹੀ ਦਰਸਾਇਆ ਜਾਂ ਸਾਬਤ ਕੀਤਾ ਜਾ ਸਕਦਾ ਹੈ, ਲੱਗਣ ਲੱਗ ਪੈਂਦੀ ਹੈ। ਇਹ ਹੈ ਸੰਸਾਰ ਤੋਂ ਉੱਪਰ ਉੱਠਣ ਅਤੇ ਮੋਕਸ਼ ਸੰਬੰਧੀ ਆਪ ਜੀ ਦੀ ਫਿਲਾਸਫੀ। ਇਹ ਛੋਟੇ ਜਿਹੇ ਖੱਪੇ, ਛੋਟੀ ਜਿਹੀ ਤਰੇੜ ਨਾਲ ਹੀ ਅਬਨਾਸ਼ੀ ਅਤੇ ਸੰਸਾਰ ਦੀ ਏਕਤਾ ਦਾ ਕਾਨੂੰਨ ਫਿਰ ਟੁੱਟ ਜਾਂਦਾ ਹੈ। ਮਹਾਰਾਜ, ਜੇ ਮੈਂ ਸ਼ੰਕਾ ਕਰਾਂ ਤਾਂ ਖਿਮਾ ਕਰਨਾ। ਗੌਤਮ ਚੁੱਪ ਕਰਕੇ ਬਿਨਾਂ ਹਿੱਲੇ ਧਿਆਨ ਨਾਲ ਸੁਣਦੇ ਰਹੇ। ਹੁਣ ਮਹਾਤਮਾ ਜੀ ਆਪਣੀ ਮਿਹਰ ਭਰੀ, ਸੁਸ਼ੀਲ ਅਤੇ ਸਾਫ਼ ਆਵਾਜ਼ ਵਿੱਚ ਬੋਲੇ, ਤੂੰ ਉਪਦੇਸ਼ ਬੜੇ ਧਿਆਨ ਨਾਲ ਸੁਣੇ ਹਨ। ਹੇ ਬ੍ਰਾਹਮਣ ਪੁੱਤਰ, ਤੇ ਸ਼ਲਾਘਾਯੋਗ ਹੈ ਕਿ ਤੂੰ ਇਹਨਾਂ 'ਤੇ ਡੂੰਘੀ ਵਿਚਾਰ ਕੀਤੀ ਹੈ, ਤੂੰ ਤਰੁੱਟੀ ਪਾਲੀ ਹੈ, ਇਹਨਾਂ ਬਾਰੇ ਫਿਰ ਧਿਆਨ ਨਾਲ ਸੋਚੋ। ਮੈਂ ਤੈਨੂੰ ਸਾਵਧਾਨ ਕਰ ਦੇਵਾਂ, ਜੋ ਤੂੰ ਗਿਆਨ ਦਾ ਪਿਆਸਾ ਹੈ, ਘਣੀਆਂ ਵਿਚਾਰਾਂ ਅਤੇ ਸ਼ਬਦਾਂ ਦੇ ਵਲੇਵਿਆਂ ਦੇ ਵਿਰੁੱਧ ਹੈ। ਵਿਚਾਰਾਂ ਕੋਈ ਅਰਥ ਨਹੀਂ ਰੱਖਦੀਆਂ, ਉਹ ਸੋਹਣੀਆਂ ਹੋਣ ਜਾਂ ਕਸੋਹਣੀਆਂ, ਚਾਤੁਰ ਜਾਂ ਮੂਰਖਤਾ ਭਰੀਆਂ, ਕੋਈ ਇਹਨਾਂ ਨੂੰ ਅਪਣਾ ਜਾਂ ਠੁਕਰਾ ਸਕਦਾ ਹੈ। ਉਪਦੇਸ਼ ਜੋ ਤੂੰ ਸੁਣੇ ਹਨ, ਮੇਰੀ ਰਾਏ ਨਹੀਂ ਅਤੇ ਨਾ ਹੀ ਸੰਸਾਰ ਵਿੱਚ ਵਿੱਦਿਆ ਦੇ ਪਿਆਸਿਆਂ ਨੂੰ ਸਮਝਾਉਣਾ ਇਸ ਦਾ ਮਨੋਰਥ ਹੈ। ਇਸ ਦਾ ਨਿਸ਼ਾਨਾ ਬਿਲਕੁਲ ਨਿਆਰਾ ਹੈ ਅਤੇ ਇਹ ਹੈ ਦੁੱਖਾਂ ਤੋਂ ਮੁਕਤੀ ਪਾਉਣਾ। ਇਹ ਹੈ ਜੋ ਗੌਤਮ ਸਿਖਾਉਂਦਾ ਹੈ, ਹੋਰ ਕੁਝ ਨਹੀਂ। ਹੇ ਮਹਾਨ ਪੁਰਖ, ਮੇਰੇ ਨਾਲ ਗੁੱਸੇ ਨਾ ਹੋਣਾ, ਨੌਜਵਾਨ ਨੇ ਕਿਹਾ, ਮੈਂ ਆਪ ਜੀ ਨਾਲ ਸ਼ਬਦਾਂ ਦੇ ਝਗੜੇ ਵਿੱਚ ਪੈਣ ਵਾਲੀ ਗੱਲ ਨਹੀਂ ਕੀਤੀ। ਆਪ ਜੀ ਦਾ ਫੁਰਮਾਨਾ ਸੱਤ ਹੈ ਕਿ ਵਿਚਾਰਾਂ ਦਾ ਕੋਈ ਅਰਥ ਨਹੀਂ, ਪਰ ਜੇ ਆਗਿਆ ਹੋਵੇ ਤਾਂ ਇੱਕ ਹੋਰ ਗੱਲ ਕਹਾਂ। ਮੈਂ ਕਿ ਛਿਣ ਭਰ ਲਈ ਵੀ ਆਪ ਜੀ 'ਤੇ ਸ਼ੱਕ ਨਹੀਂ ਸੀ ਕੀਤਾ, ਨਾ ਹੀ ਆਪ ਜੀ ਦੇ ਮਹਾਤਮਾ ਬੁੱਧ ਹੋਣ 'ਤੇ, ਜੋ ਸੋ ਉੱਚੀ ਚੋਟੀ ਦੇ ਅਵਸਥਾ 'ਤੇ ਟੀਚੇ 'ਤੇ ਪੁੱਜ ਚੁੱਕੇ ਹਨ, ਜਿੱਥੇ ਕਈ ਹਜ਼ਾਰਾਂ ਬ੍ਰਾਹਮਣ ਅਤੇ ਉਹਨਾਂ ਦੇ ਪੁੱਤਰ ਪੁੱਜਣ ਲਈ ਹਿੰਮਤ ਕਰ ਰਹੇ ਹਨ। ਇਹ ਆਪ ਜੀ ਨੇ ਆਪਣੀ ਟੂੰਡ ਅਤੇ ਆਪਣੇ ਹੀ ਢੰਗ ਨਾਲ ਸੋਚਾਂ, ਤਪੱਸਿਆ, ਗਿਆਨ ਅਤੇ ਅੰਦਰ ਚਾਨਣ ਪ੍ਰਕਾਸ਼ ਰਾਹੀਂ ਪ੍ਰਾਪਤ ਕੀਤਾ ਹੈ। ਆਪ ਜੀ ਨੇ ਉਪਦੇਸ਼ਾਂ ਰਾਹੀਂ ਕੁਝ ਨਹੀਂ ਸਿੱਖਿਆ, ਇਸ ਲਈ ਮੇਰਾ ਖਿਆਲ ਹੈ ਕਿ ਉਪਦੇਸ਼ਾਂ ਰਾਹੀਂ ਕਿਸੇ ਨੂੰ ਮੁਕਤੀ ਨਹੀਂ ਲੱਭਦੀ। ਮਹਾਰਾਜ, ਕਿਸੇ ਨੂੰ ਵੀ ਸ਼ਬਦਾਂ ਅਤੇ ਉਪਦੇਸ਼ਾਂ ਰਾਹੀਂ ਆਪ ਜੀ ਨਹੀਂ ਦੱਸ ਸਕਦੇ ਕਿ ਸਮ ਸੰਬੰਧ ਦੀ ਪ੍ਰਾਪਤੀ ਅਥਵਾ ਅੰਦਰ ਚਾਨਣ ਹੋਣ ਸਮੇਂ ਆਪ ਜੀ ਨੇ ਕੀ ਅਨੁਭਵ ਕੀਤਾ ਸੀ। ਰੌਸ਼ਨ ਬੁੱਧ ਦੇ ਉਪਦੇਸ਼ਾਂ ਵਿੱਚ ਬਹੁਤ ਕੁਝ ਹੈ, ਉਹ ਬਹੁਤ ਕੁਝ ਸਿਖਾਉਂਦੇ ਹਨ, ਕਿਸ ਤਰ੍ਹਾਂ ਸਿੱਧਾ ਸੁੱਚਾ ਜੀਵਨ ਜਿਉਣਾ ਹੈ, ਸ਼ੈਤਾਨ ਨੂੰ ਕਿਸ ਤਰ੍ਹਾਂ ਦੂਰ ਰੱਖਣਾ ਹੈ। ਪਰ ਇੱਕ ਗੱਲ ਹੈ ਕਿ ਇਸ ਸਪਸ਼ਟ ਯੋਗ ਫਰਮਾਨ ਵਿੱਚ ਵੀ ਉਹ ਭੇਦ ਨਹੀਂ ਜੋ ਮਹਾਰਾਜ ਆਪ ਨੇ ਤਜਰਬਾ ਕੀਤਾ ਸੀ। ਉਹਨਾਂ ਕਰੋੜਾਂ 'ਚੋਂ ਆਪ ਜਦ ਮੈਂ ਆਪ ਜੀ ਦੇ ਫਰਮਾਨ ਸੁਣੇ ਸਨ ਤਾਂ ਮੈਂ ਸੋਚਿਆ ਅਤੇ ਸਮਝਿਆ ਹੈ। ਇਸੇ ਕਾਰਨ ਮੈਂ ਆਪਣੇ ਰਾਹ ਜਾ ਰਿਹਾ ਹਾਂ, ਹੋਰ ਅਤੇ ਚੰਗੀ ਸਿੱਖਿਆ ਜਾਂ ਸਿਧਾਂਤ ਲੱਭਣ ਲਈ ਨਹੀਂ, ਕਿਉਂਕਿ ਮੈਂ ਜਾਣਦਾ ਹਾਂ ਹੋਰ ਹੈ ਹੀ ਨਹੀਂ।
ਪਰ ਸਾਰੀਆਂ ਫਿਲਾਸਫੀਆਂ ਅਤੇ ਸਾਰੇ ਗੁਰੂ ਛੱਡ ਕੇ ਅਤੇ ਆਪਣੇ ਨਿਸ਼ਾਨੇ 'ਤੇ ਇਕੱਲਾ ਹੀ ਪੁੱਜ ਜਾਣ ਲਈ ਜਾਂ ਮਰ ਜਾਣ ਲਈ। ਪਰ ਇਹ ਸੁਭਾਗਾ ਦਿਨ ਅਤੇ ਇਹ ਸੁਹਾਉਣੀ ਘੜੀ ਮਹਾਰਾਜ ਬਹੁਤ ਵੇਰ ਯਾਦ ਕਰਾਂਗਾ, ਜਦ ਮੇਰੀਆਂ ਅੱਖਾਂ ਨੇ ਇੱਕ ਮਹਾਨ ਹਸਤੀ ਦੇ ਦਰਸ਼ਨ ਕੀਤੇ ਹਨ। ਬੁੱਧ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਪਰ ਉਹਨਾਂ ਦੇ ਭਾਵਨਾਹੀਨ ਚਿਹਰੇ 'ਤੇ ਮਨ ਦੀ ਇਕਾਗਰਤਾ ਪ੍ਰਤੱਖ ਦਿਸਦੀ ਸੀ। ਮਹਾਨ ਪੁਰਸ਼ ਨੇ ਹੌਲੇ ਜਿਹੇ ਕਿਹਾ, ਮੇਰਾ ਖਿਆਲ ਹੈ ਕਿ ਤੇਰੀਆਂ ਦਲੀਲਾਂ ਗਲਤ ਨਹੀਂ, ਇੰਜੀ ਹੋਵੇ ਕਿ ਤੂੰ ਆਪਣੇ ਟੀਚੇ 'ਤੇ ਪੁੱਜ ਜਾਵੇਂ। ਪਰ ਇਹ ਦੱਸ, ਕੀ ਤੂੰ ਮੇਰੇ ਗੁਰਮੁਖ ਪੁਰਸ਼ਾਂ ਦੀ ਸੰਗਤ ਦੇਖੀ ਹੈ, ਮੇਰੇ ਬਹੁਤੇ ਵੀਰ ਜਿਨ੍ਹਾਂ ਇਹ ਉਪਦੇਸ਼ ਮੰਨਣ ਦੀ ਸਹੁੰ ਚੁੱਕੀ ਹੈ? ਹੇ ਦੂਰੋਂ ਆਏ ਸਮਾਨਾ, ਕੀ ਤੇਰਾ ਖਿਆਲ ਹੈ ਕਿ ਇਹਨਾਂ ਸਾਰਿਆਂ ਲਈ ਇਹ ਚੰਗਾ ਹੋਵੇਗਾ ਕਿ ਸਿੱਖਿਆ ਛੱਡ ਸੰਸਾਰਕ ਜ਼ਿੰਦਗੀ ਅਤੇ ਮਨ ਤਰੰਗਾਂ ਵਿੱਚ ਵਾਪਸ ਮੁੜ ਜਾਣ? ਮੈਨੂੰ ਇਹ ਕਦੇ ਫੁਰਿਆ ਵੀ ਨਹੀਂ, ਸਿਧਾਰਥ ਓਝ ਨਾਲ ਬੋਲਿਆ। ਰੱਬ ਕਰੇ ਸਾਰੇ ਉਹਨਾਂ ਉਪਦੇਸ਼ਾਂ ਅਨੁਸਾਰ ਚੱਲਣ, ਉਹ ਆਪਣੇ ਨਿਸ਼ਾਨੇ 'ਤੇ ਪੁੱਜਣ। ਦੂਸਰੇ ਵੀ ਜ਼ਿੰਦਗੀ ਜਾਂਚਣਾ ਮੇਰਾ ਕੰਮ ਨਹੀਂ, ਮੈਂ ਆਪਣੇ ਆਪ ਨੂੰ ਜ਼ਰੂਰ ਜਾਂਚਾਂਗਾ, ਮੈਂ ਜ਼ਰੂਰ ਪਸੰਦ ਕਰਾਂਗਾ ਅਤੇ ਰੱਦ ਕਰਾਂਗਾ। ਅਸੀਂ ਸਮਾਨੇ ਮਹਾਰਾਜ ਆਪੇ ਤੋਂ ਛੁਟਕਾਰਾ ਲੱਭਦੇ ਹਾਂ। ਜੇ ਮੈਂ ਆਪ ਜੀ ਦੇ ਚੇਲਿਆਂ ਵਿੱਚੋਂ ਇੱਕ ਹੁੰਦਾ ਤਾਂ ਮੈਨੂੰ ਡਰ ਹੈ ਕਿ ਕੇਵਲ ਉੱਤੋਂ ਹੀ ਅਜਿਹਾ ਹੁੰਦਾ, ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਕਿ ਮੈਂ ਸ਼ਾਂਤੀ ਅਤੇ ਮੁਕਤੀ ਪ੍ਰਾਪਤ ਕਰ ਲਈ ਹੈ। ਪਰ ਅਸਲ ਵਿੱਚ ਆਪਾ ਲਗਾਤਾਰ ਜਿਉਂਦਾ ਅਤੇ ਵੱਡਾ ਹੁੰਦਾ ਜਾਂਦਾ ਹੈ, ਕਿਉਂਕਿ ਇਸ ਦਾ ਰੂਪ ਆਪ ਜੀ ਦੇ ਫਰਮਾਨਾਂ ਅਨੁਸਾਰ ਆਪ ਜੀ ਦੀ ਓਟ ਵਿੱਚ ਆਪ ਜੀ ਅਤੇ ਭਿਕਸ਼ੂਆਂ ਦੀ ਸ਼੍ਰੇਣੀ ਦੇ ਪਿਆਰ ਵਿੱਚ ਵੱਟ ਜਾਂਦਾ। ਥੋੜ੍ਹਾ ਮੁਸਕਰਾਉਂਦੇ, ਬੇਚੈਨ ਨਾ ਹੋ ਸਕਣ ਵਾਲੀ ਦਮਕ ਅਤੇ ਮਿੱਤਰਤਾ ਭਾਵ ਪਰ ਦ੍ਰਿੜਤਾ ਨਾਲ ਬੁੱਧ ਨੇ ਪਰਦੇਸੀ ਵੱਲ ਤੱਕਿਆ ਅਤੇ ਸਿਰਫ ਅਨੁਭਵ ਹੋਣ ਵਾਲੇ ਇਸ਼ਾਰੇ ਨਾਲ ਵਿਦਾ ਕੀਤਾ। ਮਹਾਤਮਾ ਜੀ ਨੇ ਕਿਹਾ, ਉਹ ਸਮਾਨੇ ਤੂੰ ਚਤੁਰ ਹੈ, ਤੂੰ ਚਤੁਰਾਈ ਨਾਲ ਗੱਲਾਂ ਕਰਨੀਆਂ ਜਾਣਦਾ ਹੈ ਮੇਰੇ ਮਿੱਤਰ, ਪਰ ਖਬਰਦਾਰ ਵਧੇਰੇ ਚਤੁਰਾਈ ਤੋਂ ਬਚ ਕੇ ਰਹਿਣਾ। ਬੁੱਧ ਚਲੇ ਗਏ, ਪਰ ਉਹਨਾਂ ਦੀ ਤੱਕਣੀ ਅਤੇ ਥੋੜ੍ਹੀ ਮੁਸਕਰਾਹਟ ਹਮੇਸ਼ਾ ਲਈ ਸਿਧਾਰਥ ਦੀ ਯਾਦ ਸ਼ਕਤੀ 'ਤੇ ਅਮਿੱਟ ਛਾਪ ਲਾ ਗਈ। ਮੈਂ ਕਦੇ ਕਿਸੇ ਪੁਰਸ਼ ਨੂੰ ਇਸ ਤਰ੍ਹਾਂ ਤੱਕਦੇ, ਮੁਸਕਰਾਉਂਦੇ, ਬੈਠਦੇ ਅਤੇ ਤੁਰਦੇ ਨਹੀਂ ਦੇਖਿਆ। ਉਸਨੇ ਸੋਚਿਆ, ਮੈਂ ਵੀ ਚਾਹਾਂਗਾ ਕਿ ਇਸੇ ਤਰ੍ਹਾਂ ਤੱਕਾਂ, ਮੁਸਕਰਾਵਾਂ, ਬੈਠਾਂ ਅਤੇ ਤੁਰਾਂ। ਇਤਨਾ ਖੁੱਲ੍ਹਾ, ਸਹਿਯੋਗ ਸੰਜਮ ਵਿੱਚ ਖਰਾ, ਨਿਸ਼ਕਪਟ, ਬੱਚਿਆਂ ਵਾਂਗ ਅਤੇ ਭੇਦ ਭਰਿਆ। ਜਦ ਕਿਸੇ ਆਪੇ 'ਤੇ ਜਿੱਤ ਪਾ ਲਈ ਹੋਵੇ ਤਾਂ ਹੀ ਕੋਈ ਅਜਿਹਾ ਦੇਖ 'ਤੇ ਤੁਰ ਸਕਦਾ ਹੈ। ਮੈਂ ਵੀ ਆਪੇ 'ਤੇ ਜਿੱਤ ਪਾ ਲਵਾਂਗਾ। ਸਿਧਾਰਥ ਨੇ ਸੋਚਿਆ ਕਿ ਮੈਂ ਇੱਕ ਅਤੇ ਕੇਵਲ ਇੱਕ ਪੁਰਸ਼ ਦੇ ਦਰਸ਼ਨ ਕੀਤੇ ਹਨ, ਜਿਸ ਅੱਗੇ ਮੇਰੀਆਂ ਅੱਖਾਂ ਜ਼ਰੂਰ ਚੁੱਕੀਆਂ ਹਨ। ਮੈਂ ਕਿਸੇ ਹੋਰ ਪੁਰਸ਼ ਅੱਗੇ ਅੱਖਾਂ ਨੀਵੀਆਂ ਨਹੀਂ ਕਰਾਂਗਾ। ਜਦ ਇਸ ਪੁਰਸ਼ ਦੇ ਉਪਦੇਸ਼ ਨਹੀਂ ਖਿੱਚ ਸਕੇ ਤਾਂ ਮੈਨੂੰ ਕੋਈ ਹੋਰ ਉਪਦੇਸ਼ ਨਹੀਂ ਖਿੱਚ ਸਕੇਗਾ। ਬੁੱਧ ਨੇ ਮੈਨੂੰ ਲੁੱਟ ਲਿਆ ਹੈ, ਸਿਧਾਰਥ ਨੇ ਸੋਚਿਆ। ਮੈਨੂੰ ਉਸ ਲੁੱਟ ਲਿਆ ਹੈ, ਪਰ ਉਸ ਮੈਨੂੰ ਉਸ ਤੋਂ ਵੱਧ ਮੁੱਲ ਦਾ ਕੁਝ ਦਿੱਤਾ ਹੈ। ਉਸ ਨੇ ਮੇਰਾ ਮਿੱਤਰ ਖੋਲਿਆ ਹੈ, ਜਿਸ ਨੂੰ ਮੇਰੇ ਵਿੱਚ ਵਿਸ਼ਵਾਸ ਸੀ ਅਤੇ ਹੁਣ ਉਹ ਉਸ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਮੇਰਾ ਪਰਛਾਵਾਂ ਸੀ ਅਤੇ ਹੁਣ ਗੌਤਮ ਦਾ, ਪਰ ਮੈਨੂੰ, ਸਿਧਾਰਥ ਨੂੰ ਉਸਨੇ ਸਵੈ ਸੋਝੀ ਦੇ ਦਿੱਤੀ ਹੈ।